ਹੈਲੋ एवरीवन वेलकम टू ਗਿਆਨਮ ਪੀ ਟ੍ਰਿਪਲ ਐਸ ਬੀ ਨੇ 157 ਵੈਕੈਂਸੀਜ਼ ਆਊਟ ਕੀਤੀਆਂ ਇਸ਼ਤਿਹਾਰ ਨੰਬਰ 5 ਆਫ 2023 ਦੇ ਅੰਡਰ ਜਿਦੇ ਵਿੱਚ ਸੀਨੀਅਰ ਸਹਾਇਕ ਦੀਆਂ 12 ਵੈਕੈਂਸੀ ਸੀਨੀਅਰ ਸਹਾਇਕ ਆਈਟੀ ਦੀਆਂ 2 ਸੀਨੀਅਰ ਸਹਾਇਕ ਲੇਖਨ ਦੀਆਂ 2 ਤਕਨੀਕੀ ਸਹਾਇਕ ਦੀਆਂ 2 ਖੋਜ ਸਹਾਇਕ ਦੀਆਂ 49 ਲਾਅ ਅਫਸਰ ਦੀਆਂ 2 ਕੁਆਲਿਟੀ ਮੈਨੇਜਰ ਦੀਆਂ ਇੱਕ ਵੈਕੈਂਸੀ ਨੀਜੀ ਸਹਾਇਕ ਦੀ ਇੱਕ ਜੂਨੀਅਰ ਆਡੀਟਰ ਦੀਆਂ 60 ਵੈਕੈਂਸੀ ਡਰਾਫਟਸਮੈਨ ਦੀ ਇੱਕ ਤੇ ਇਨਸਟ੍ਰਕਟਰ ਦੀ 25 ਵੈਕੈਂਸੀਸ ਆਊਟ ਕੀਤੀਆਂ ਤੇ ਇਹਦੇ ਵਿੱਚ ਜੇ ਤੁਸੀਂ ਐਲੀਜੀਬਲ ਹੋ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਅਪਲਾਈ ਕਰਨ ਦੀ ਜੋ ਸਟਾਰਟਿੰਗ ਡੇਟ ਹੈ ਉਹ ਹੈ 30 ਅਗਸਤ ਤੇ ਜੋ ਲਾਸਟ ਡੇਟ ਹੈ ਫਾਰਮ ਨੂੰ ਸਬਮਿਟ ਕਰਨ ਦੀ ਉਹ ਹੈ 27 ਸੈਪਟੈਂਬਰ ਫੀਸ ਭਰਨ ਦੀ ਆਖਰੀ ਮਿਤੀ ਹੈ 29 ਸੈਪਟੈਂਬਰ ਇਦੇ ਵਿੱਚ ਹਰ ਵੈਕੈਂਸੀ ਦੇ ਅੰਡਰ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਉਹ ਵੀ ਸਭ ਦਿੱਤਾ ਗਿਆ ਹੈ ਸੀਨੀਅਰ ਸਹਾਇਕ ਲਈ ਜਿਵੇਂ ਕਿ ਬੈਚਲਰ ਡਿਗਰੀ ਕਿੰਨੀ ਹੋਣੀ ਚਾਹੀਦੀ ਹੈ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਤੇ ਕੁਆਲੀਫਾਈ ਇਨ ਕੰਪੀਟੀਟਿਵ ਟੈਸਟ ਸਪੈਸੀਫਾਈਡ ਬਾਈ ਅਪੋਇੰਟਿੰਗ ਅਥਾਰਟੀ ਫਰੋਮ ਟਾਈਮ ਟੂ ਟਾਈਮ ਐਂਡ 120 ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਸੀਨੀਅਰ ਸਹਾਇਕ ਆਈਟੀ ਲਈ ਤੁਸੀਂ ਬੀਟੈਕ ਕਿੰਨੀ ਹੋਣੀ ਚਾਹੀਦੀ ਹੈ ਜਾਂ ਤਾਂ electronics and communications ਜਾਂ ਫਿਰ ਤੁਸੀਂ it ਵਿੱਚ ਜਾਂ ਕੰਪਿਊਟਰ ਦੇ ਵਿੱਚ ਜਾਂ ਫਿਰ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਵਿਦ 50% ਮਾਰਕਸ ਤੇ 2 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਸੀਨੀਅਰ ਸਹਾਇਕ ਲੇਖਾ ਦੇ ਲਈ ਵੀ ਤੁਹਾਡਾ ਬੀ ਕਾਮ ਸੈਕਿੰਡ ਕਲਾਸ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਹੋਣਾ ਚਾਹੀਦਾ ਹੈ ਤੁਹਾਡਾ ਟੈਸਟ ਕੁਆਲੀਫਾਈ ਹੋਣਾ ਚਾਹੀਦਾ ਤੁਹਾਡੇ 120 ਘੰਟੇ ਵਾਲਾ ਸਰਟੀਫਿਕੇਟ ਹੋਣਾ ਚਾਹੀਦਾ ਕੰਪਿਊਟਰ ਦਾ ਇਸ ਤਰੀਕੇ ਦੇ ਨਾਲ ਇੱਥੇ ਐਲੀਜੀਬਿਲਟੀ ਦੱਸੀ ਗਈ ਹੈ ਹੈਨਾ ਮੈਂ ਇਹ ਕਿਥੇ एलिजिबिलिटी ਦੱਸ ਰਹੀ ਹਾਂ ਤੁਹਾਨੂੰ ਜੂਨੀਅਰ ਆਡੀਟਰ ਦੀ ਜਿਹਦੇ ਵਿੱਚ ਕੀ ਬੀਕਾਮ ਕੀਤੀ ਹੋਣੀ ਚਾਹੀਦੀ ਹੈ ਫਰਸਟ ਡਿਵੀਜ਼ਨ ਜਾਂ ਫਿਰ ਐਮਕਾਮ ਕੀਤੀ ਹੋਣੀ ਚਾਹੀਦੀ ਹੈ ਸੈਕਿੰਡ ਡਿਵੀਜ਼ਨ ਐਟ ਲੀਸਟ ਫ্রম ਰਿਕੋਗਨਾਈਜ਼ਡ ਯੂਨੀਵਰਸਿਟੀ ਇਸ ਦੇ ਨਾਲ-ਨਾਲ ਇਸ ਦੇ ਨਾਲ-ਨਾਲ ਆਪਣਾ ਪੰਜਾਬੀ ਦਾ ਪੇਪਰ ਪਾਸ ਕੀਤਾ ਹੋਣਾ ਚਾਹੀਦਾ ਹੈ 10th ਵਿੱਚ ਚਾਹੇ ਐਸ ਕੰਪਲਸਰੀ ਚਾਹੇ ਫਿਰ ਇਲੈਕਟਿਵ ਸਬਜੈਕਟ ਦੇ ਤਰੀਕੇ ਦੇ ਨਾਲ ਕੀਤਾ ਹੋਵੇ ਇਹ ਚ ਐਲੀਜੀਬਿਲਟੀ ਕੀ ਹੈ 18 ਸਾਲ ਤੋਂ 37 ਸਾਲ ਡੇਟ ਨੂੰ ਆਧਾਰ ਮੰਨ ਕੇ ਕੀਤਾ ਜਾਊਗਾ 1 ਜਨਵਰੀ 2023 ਹਾਂਜੀ ਨੈਕਸਟ ਫੀਸ ਕਿੰਨੀ ਹੈ ਜੇ ਤੁਸੀਂ ਜਨਰਲ ਕੈਟਾਗਰੀ ਦੇ ਥਰੂ ਭਰ ਰਹੇ ਹੋ ਤਾਂ 1000 ਰੁਪਏ ਜੇ ਐਸਸੀ ਬੀਸੀ ਜਾਂ ਫਿਰ ایਡਬਲਿਊਐਸ ਦਾ 250 ਜੇ ਐਕ ਸਰਵਿਸਮੈਨ ਹੋ ਤਾਂ 200 ਜੇ ਹੈਂਡੀਕੈਪ ਹੈਂਡੀਕੈਪ ਕੈਂਡੀਡੇਟ ਦੇ ਲਈ 500 ਰੁਪਏ ਤੇ ਲਾਸਟ ਡੇਡ ਦੀ ਵੇਟ ਨਾ ਕਰਦੇ ਹੋਏ ਆਪਣੇ ਫਾਰਮ ਨੂੰ ਫਿਲ ਕਰੋ ਤੇ ਪੇਪਰ ਦੇ ਕੇ ਜੌਬ ਹਾਸਿਲ ਕਰੋ 올 द वेरी बेस्ट थैंक यू